ونسلم على رسوله الكريم وعلى آله وأصحابه وأهل بيته وذريته أجمعين أما بعد فأعوذ بالله من الشيطان الرجيم بسم الله الرحمن الرحيم سبحان الله ربنا صدق الله مولانا العظيم وصدق رسوله النبي الأمين الكريم الصلاة والسلام عليك يا سيدي يا رسول الله الصلاة والسلام عليك وعلى آلك وأصحابك يا حبيب الله حضرات محترم علاقے بھارتوں تشریف لے آئے معزز مہمان آنے گرامی آج دیئے محفل اپنے حوالے نال ایک انوکھی محفل ہے ادا اساڈے رسم تے رواج نال بظاہر کوئی تعلق نہیں لیکن اصل وچ اساڈی بقا اساڈی سلامتی اساڈے ایمان اور اساڈی بخشش دا ذریعہ ساڈی نجات دا ذریعہ اے ہوئی محفل ہے جہدے وچ تسی تشریف لیائے بیٹھے ہو ہر شے دا حسن ہوندا ہے درخت ادوں پھبدے نے جو سر سبز بھی ہون تے پھول بھی کھڑے ہون یا پھل بھی لگے ہون پھول مہکن والے ہون تے پھل میٹھے ہون سبحان اللہ وہ چنگا لگدا ہے سبحان پھول تو ہووے مہک نہ دیوے تے اودے رنگ نو کی کرنا ہے پھل تو ہووے تے جے گل کوٹو ہوئے تو انہوں کھان دا کی فائدہ ہے مفید ہوئے تو فائدہ دیندا ہے زندگی دیاں ساریاں مصروفیتاں گل کوٹو نے اے ذکر دی محفل ساڈی نجات اور ساڈی سلامتی دا ذریعہ ہے سبحان اللہ بے شک سبحان اللہ اگرچہ ایک دنیاوی کاروبار دا اے اجرا ہو رہا ہے اوپننگ سیرمنی ہے یہ افتتاحی پروگرام ہے لیکن ادا قسمت والے بیلیاں نے رابطہ تاجدار مدینہ علیہ الصلوۃ والسلام دے قدمہ نال کیتا واہ 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 سبحان اللہ سبحان اللہ تے میں سمجھنا رابطہ چنگیاں نال ہوے تے انجام چنگا ہی ہوندا ہے بے شک سبحان اللہ اس حقیقت تو انکار نہیں ہو سکدا رابطہ اچھیاں نال ہوے تے سانو ویسے قرآن شریف دا ہی کونو مع الصادقی
ਰਲ ਬਹਿੰਦੇ ਹੋ ਸਾਰਿਆਂ ਨਾਲ ਹੀ, ਲੇਕਿਨ ਜੇ ਕੁਝ ਖੱਟਣਾ ਹੈ ਤੇ ਜੇ ਕੁਝ ਵੱਟਣਾ ਹੈ ਤੇ ਜੇ ਬਖਸ਼ੀਵਣਾ ਹੈ ਤੇ ਜੇ ਰੱਬ ਦੀ ਬਾਰਗਾਹ ਵਿੱਚ ਕਬੂਲੀਅਤ ਹਾਸਲ ਕਰਨਾ ਚਾਹੁੰਦੇ ਹੋ ਤੇ ਅੱਲਾਹ ਫਰਮਾਉਂਦਾ ਫਿਰ ਸੱਚਿਆਂ ਦੇ ਨਾਲ, ਸੁਭਾਨ ਅੱਲਾਹ ਸੁਭਾਨ ਅੱਲਾਹ, ਫਿਰ ਸੱਚਿਆਂ ਦੇ ਨਾਲ ਬਹਿਣਾ ਚਾਹੀਦਾ। ਮਾਲੂਮ ਹੁੰਦਾ ਦੋ ਪੈਰਾਂ ਤੇ ਤੁਰਨ ਵਾਲੇ ਸਾਰੇ ਹੀ ਨੇ, ਪਰ ਰੱਬ ਨੂੰ ਉਹ ਚੰਗੇ ਲੰਘਦੇ ਨੇ ਜਿਹੜੀ ਸੱਚ ਬੋਲਦੇ ਨੇ। ਇੱਥੇ ਹੁਣ ਸੱਚ ਕੋਈ ਸੁਭਾਨ ਅੱਲਾਹ ਕਵੇ ਮੁੱਢੋ ਨਾ ਕਵੇ, ਮਸਲਾ ਇਹੋ ਹੀ ਹੈ। ਜਿਵੇਂ ਅੱਗੇ ਤੁਸੀਂ ਆਖਿਆ ਨਾ ਵੀ ਜੇ ਫੁੱਲ ਉਹ ਹੀ ਸੋਹਣਾ ਜਿਹੜਾ ਮਹਿਕ ਦੇਵੇ ਤੇ ਫਲ ਉਹੋ ਹੀ ਚੰਗਾ ਜਿਹੜਾ ਮਿੱਠਾ ਹੋਵੇ ਤੇ ਬੰਦਾ ਉਹ ਹੀ ਸੋਹਣਾ ਜਿਹਦੀ ਜ਼ੁਬਾਨ ਚੋਂ ਕਲਮੇ ਤੋਂ ਬਾਅਦ ਸੱਚ ਹੀ ਨਿਕਲਦਾ ਰਹੇ, ਝੂਠ ਆਵੇ ਵੀ ਕੋਈ। ਸੁਭਾਨ ਅੱਲਾਹ ਸੁਭਾਨ ਅੱਲਾਹ ਅਲਹਮਦੁਲਿਲਾਹ ਰੱਬਿਲ ਆਲਮੀਨ। ਤੇ ਜਿਸ ਪਾਕ ਮਹਿਬੂਬ ਅਲੈ ਸਲਾਤ ਵ ਸਲਾਮ ਦਾ ਜ਼ਿਕਰ ਖੈਰ ਵਾਸਤੇ ਇਸ ਪਾਕ ਮਹਿਫਿਲ ਦਾ ਇਨਕਾਦ ਕੀਤਾ ਗਿਆ ਹੈ, ਇਹਦੇ ਵਿੱਚ ਤਫਸੀਲਾਤ ਵਿੱਚ ਨਾ ਮੈਂ ਨਿੱਕੂ ਪੀਰ ਸਾਹਿਬ ਦੀ ਤਾਰੀਫ ਕਰਨਾ ਹੀ ਤੇ ਨਾ ਉਹਦੇ ਬਰਖੁਰਦਾਰ ਦੀ ਤੇ ਨਾ ਕਹਿ ਦੀ ਤਾਰੀਫ ਦੇ ਲਾਇਕ ਉਹ ਜ਼ਾਤ ਹੈ ਜਿਹਦੀ ਜ਼ਾਤ ਸੁਣਨ ਵਾਸਤੇ ਤੁਸੀਂ ਸਾਰੇ ਤਸ਼ਰੀਫ ਲਾਏ ਬੈਠੇ। ਸੁਭਾਨ ਅੱਲਾਹ, ਇਹ ਕਿਸਮਤ ਵਾਲੇ ਲੋਕ ਨੇ ਜਿਹਨਾਂ ਨੂੰ ਅੱਲਾਹ ਤਾਲਾ ਤੋਫੀਕ ਅਤਾ ਫਰਮਾਏ। ਸੁਭਾਨ ਅੱਲਾਹ, ਹਰ ਕਿਸੇ ਦੇ ਵਕਤਾਂ ਦੀ ਗੱਲ ਨਹੀਂ, ਜਿਸੇ ਚਾਹ ਦਰ ਪੇ ਬੁਲਾ ਲਿਆ, ਜਿਸੇ ਚਾਹ ਆਪਣਾ ਬਣਾ ਲਿਆ, ਇਹ ਬੜੇ ਕਰਮ ਕੇ ਹੈ ਫੈਸਲੇ, ਇਹ ਬੜੇ ਨਸੀਬ ਕੀ ਬਾਤ ਹੈ। ਸੁਭਾਨ ਅੱਲਾਹ ਜੀ, ਇਫਤਤਾਹ ਤੇ ਹੁੰਦੇ ਹੀ ਰਹਿੰਦੇ ਨੇ ਤੇ ਮਹਿਫਲ ਜਨਾਬ ਮੁਹਤਰਮ ਕਾਰੋਬਾਰ ਹੀ ਹੁੰਦੇ ਰਹਿੰਦੇ ਨੇ, ਲੇਕਿਨ ਇਹ ਜਿਹੜਾ ਅੰਦਾਜ਼ ਨੇ ਇਹ ਪਤਾ ਦਿੰਦਾ ਹੈ ਬਈ ਕੰਡ ਤੇ ਕਿਸੇ ਦਾ ਹੱਥ ਹੈ। ਸੁਭਾਨ ਅੱਲਾਹ, ਤੇ ਜੇ ਕਿਸੇ ਵਾਕਫਕਾਰ ਦੇ ਹੱਥ 'ਚ ਲਗਾਮ ਹੋਵੇ ਨਾ ਤੇ ਵਾਕਫਕਾਰ ਦੇ ਹੱਥ 'ਚ ਜਨਾਬ ਮੁਹਤਰਮ ਸਟੀਅਰਿੰਗ ਹੋਵੇ ਨਾ ਤਾਂ ਫਿਰ ਗੱਡੀ ਆਪਣੀ ਮੰਜ਼ਿਲ 'ਤੇ ਪਹੁੰਚ ਗਈ, ਕਿਉਂਕਿ ਚਲਾਉਣ ਵਾਲਾ ਜਿਹੜਾ ਉਹ ਮੰਜ਼ਿਲ ਆਸ਼ਨਾ ਹੈ। ਅਲਹਮਦੁਲਿਲਾ, ਕਾਰਵਾਨੀ ਇਨਸਾਨੀਅਤ ਦਾ ਕਾਰ ਕੁਸ਼ਾ, ਹਾਜਤ ਰਵਾ, ਮੁਸ਼ਕਿਲ ਕੁਸ਼ਾ, ਕਾਇਦੇ ਮੁਹਤਰਮ ਜਿਹਦੇ ਪੈਰਾਂ ਚੋਂ ਸਾਡੀ ਇਨਸਾਨੀਅਤ ਦਾ ਇਜਰਾ ਹੋਇਆ ਹੈ, ਉਹਨੂੰ ਆਉਂਦੇ ਨੇ ਹਜ਼ਰਤ ਆਦਮ ਅਲੈਹਿਸ ਸਲਾਮ। ਸੁਭਾਨ ਅੱਲਾਹ, ਸਾਡੇ ਬਾਬੇ ਸਾਈਂ ਦਾ ਨਾਂ ਹੈ ਹਜ਼ਰਤ ਆਦਮ ਅਲੈਹਿਸ, ਵੱਖਰੇ ਵੱਖਰੇ ਨਾਂ ਤੁਹਾਨੂੰ ਮੇਰੇ ਅੱਬਾ ਜੀ ਕੇਵਲ ਆਲਮ ਰਹਿਮਤੁਲਾ ਅਲੈਹ ਦੇ ਨਾਂ ਮੁਬਾਰਕ ਦਾ ਪਤਾ ਹੈ ਤੇ ਨਾ ਮੈਨੂੰ ਤੁਹਾਡੇ ਬਜ਼ੁਰਗਾਂ ਦੇ ਨਾਵਾਂ ਦਾ ਪਤਾ ਹੈ ਜੀ, ਸਿਰਫ ਅਸੀਂ ਇੱਕ ਬੈ ਨੂੰ ਵੇਖ ਹੀ ਜਾਂਦੇ ਹਾਂ, ਲੇਕਿਨ ਇੱਥੇ ਆ ਕੇ ਅਲਹਮਦੁਲਿਲਾ ਸਾਡੀ ਉਹਨਾਂ ਦੇ ਨਾ ਸ਼ਨਾਖਤ ਪੱਕੀ ਹੋ ਗਈ, ਜਦੋਂ ਅਸੀਂ ਕਸਮ ਚੁੱਕ ਕੇ ਆਖਦੇ ਅਸੀਂ ਸਾਰੇ ਹੀ ਆਦਮ ਅਲੈਹਿ ਸਲਾਮ ਦੀ ਔਲਾਦ। ਸੁਭਾਨ ਅੱਲਾਹ, ਬਿਲਕੁਲ ਬਿਲਕੁਲ, ਆਦਮ ਦਾ ਪੁੱਤਰ ਹੋਣਾ ਇਹ ਬਹੁਤ ਬੜਾ ਇਜ਼ਾਜ਼ ਹੈ। ਪੂਰੀ ਦੁਨੀਆਂ 'ਚ ਤੁਰ ਫਿਰ ਕੇ ਵੇਖ ਲੈ, ਜਿੰਨਾ ਦੀ ਇਬਤਦਾ ਦਾ ਕੋਈ ਤਜ਼ਕਰਾ ਨਹੀਂ ਕਿੱਥੋਂ ਟੁਰੇ ਨਹੀਂ, ਮਲਾਇਕਾ ਦੀ ਇਬਤਦਾ ਦਾ ਕੋਈ ਜ਼ਿਕਰ ਨਹੀਂ ਕਿੱਥੋਂ ਟੁਰੇ ਨਹੀਂ, ਮਲਾਇਕਾ ਮਾਂ ਤੇ ਬਾਪ ਵਿੱਚੋਂ ਪੈਦਾ ਹੋਣ ਤੋਂ ਪਾਕ, ਇਹ ਰੱਬ ਤਾਲਾ ਦੀ ਕੁੰਨ ਦੀ ਤਜੱਲੀ ਏ, ਸ਼ਾਨ ਏ ਤਕਵੀਨ ਦੀ ਤਜੱਲੀ ਪਾਈ ਤੇ ਜੋ ਚਾਹਿਆ ਜਦੋਂ ਚਾਹਿਆ ਜਿੰਨੀ ਚਾਹੇ ਬਣਾ ਲੈ। ਇਨਮਾ ਅਮਰੁਹੁ ਇਜ਼ਾ ਅਰਾਦਾ ਸ਼ਈਅਨ ਅਨ ਯਕੂਲਾ ਲਹੁ ਕੁਨ ਫਯਕੂਨ। ਸੁਭਾਨ ਅੱਲਾਹ ਸੁਭਾਨ ਅੱਲਾਹ ਸੁਭਾਨ ਅੱਲਾਹ, ਬੇਸ਼ੱਕ ਬੇਸ਼ੱਕ। ਆ ਚਪੇੜਾਂ ਜਿਹੀਆਂ ਜੇਬਾਂ 'ਚ ਪਾਈ ਬੈਠੇ ਉਹਦੇ ਲਾ ਲੈਂਦੇ ਝੱਟ ਪਿੱਛੇ ਕੰਨ ਨੂੰ, ਮੈਂ ਨੌਕਿਆਂ ਨਾਲ ਗੱਲਾਂ ਕੀਤੀ ਜਾਂਦਾ ਕਿ ਜੀ ਮੈਂ ਜਿੰਨਾ ਨੰਬਰ ਡਾਇਲ ਕੀਤਾ ਮੈਂ ਮੂੰਹ ਨਾਲ ਗੱਲ ਪਿਆ ਕਰਨਾ, ਤੇ ਜੇ ਅੱਗੋਂ ਬੋਲੇ ਨਹੀਂ ਤੇ ਤੈਨੂੰ ਮਿਲਾਵਣ ਦਾ ਫਾਇਦਾ ਹੈ ਫਾਇਦਾ ਹੈ ਨਹੀਂ, ਤਾਂ ਮੇਰੇ ਸਾਹਮਣੇ ਘੁੱਗੀ ਜੀ ਖੜੀ ਕਰ ਦਿੱਤੀ ਹੈ, ਜੇ ਮੈਂ ਬੋਲਾਂ ਤੇ ਤੁਸੀਂ ਮੇਰੇ ਨਾਲ ਕਾਲ ਹੀ ਨਾ ਮਿਲਾਓ ਤੇ ਮੇਰੇ ਬੋਲਣ ਦਾ ਕੀ ਫਾਇਦਾ ਬਾਈ ਜੀ, ਜਾਂ ਤੁਸੀਂ ਮੈਨੂੰ ਵੇਖੋ ਮੈਂ ਚੁੱਪ ਕਰ ਜਾਂਦਾ, ਜਾਂ ਤੁਸੀਂ ਫਿਰ ਮੈਨੂੰ ਵੇਖੋ ਤੇ ਚੁੱਪ ਨਾ ਕਰੋ, ਤੁਸੀਂ ਸੁਭਾਨ ਅੱਲਾਹ ਕਹੋ ਮੈਂ ਪੜ੍ਹ ਸਾਂ ਕੁਰਾਨ ਸ਼ਰੀਫ ਤੇ ਘਰ ਦੋਵੇਂ ਚੰਗੇ ਰਹਿਣ, ਸੁਭਾਨ ਅੱਲਾਹ ਘਰ ਦੋਵੇਂ ਚੰਗੇ ਨੇ ਅਲਹਮਦੁਲਿਲਾਹ। ਯਾ ਰਸੂਲ ਅੱਲਾਹ ਯਾ ਅਲੀ ਬੜਾ ਸੋਹਣਾ ਹੈ, ਬੜਾ ਚੰਗਾ ਹੈ, ਰੰਗ ਚਿੱਟੇ ਦਾ ਨਾਂ ਹੁਸਨ ਨਹੀਂ, ਤਰੀਖੇ ਨਕਸ਼ੋ ਨਿਗਾਰ ਦਾ ਨਾਂ ਹੁਸਨ ਨਹੀਂ, ਮਟਕ ਕੇ ਚੱਲਣ ਦਾ ਨਾਂ ਨਾ ਹੁਸਨ ਨਹੀਂ, ਅਜ਼ੀਜ਼ਾਂ ਨੇ ਗਿਰਾਮੀ ਉਸ਼ਵਾ ਤਰਾਜ਼ੀਆਂ ਦਾ ਨਾਂ ਹੁਸਨ ਨਹੀਂ, ਚੰਗੀ ਨਸਲ ਦਾ ਨਾਂ ਹੁਸਨ ਹੈ, ਚੰਗੀ ਨਸਲ ਦਾ ਨਾਂ ਹੁਸਨ ਹੈ ਹਾਂਜੀ। ਜਿੰਨ ਕਿੱਥੋਂ ਟੁਰੇ ਅੱਲਾ ਦੀ ਮਖਲੂਕ,
ملائکہ کتھوں ٹرے؟ اللہ دی مخلوق ہے، ملائکہ سارے چنگے نے کیونکہ وہ اللہ تعالیٰ دے معصوم مخلوق ہے، تے جنہ وچ بھی الحمدللہ چنگے بھی ہیں تے دوجے بھی ہیں، لیکن کسے جن نو پوچھو اپنے بابے دا نام نہیں دسدا۔ ایتھے جتنی بھی کائنات بیٹھی، شرق غرب شمال جنوب تحت فوق، تانوں جتھے بھی کوئی ٹکر دے نا انسان، پوچھن دی لوڑ نہیں واٹ از یور فادرز نیم، تیرے بابے دا نام کی آندا؟ حضرت آدم علیہ السلام۔ واہ واہ، سبحان اللہ سبحان اللہ۔ معلوم ہوندا ہے جیدی نسل تے جیدی اصل معلوم ہے اودے سر تے عزت دا تاج۔ سبحان اللہ۔ پری محفل چ کسے نو پوچھو تیرے پتر دا کی نام ہے، وہ اگر کہہ دے مینوں چیتا لے گیا تے گل تے اوپری ہے، پر کوئی حرج نہیں، بھول بھی جاندا بندہ، کدے بندہ بھول جاندا ہے، کیونکہ اج جدید وقت ہے، لوگ نویں نویں نعرہ کھڑے، پتہ ہی نہیں لگتا بھی یہ معنی کی ہے۔ ہو سکتا ہے تانوں کوئی پوچھے تہاڈے یعنی پائی دا کی نام ہے، تسی کہو جی مینوں علم نہیں، کوئی مینا نہیں، کوئی یعنی معاذ اللہ ذلت نہیں ہے، تہاڈے دوست دا کی نام ہے نہیں جانتے ہو، کوئی ذلت نہیں۔ ایمان نال دس، جنوں پوچھو تیرے بابے دا کی نام ہے، وہ کہہ دے گا بھی کوئی پتہ نہیں؟ بولو بابے بول پاؤ، پتراں تاں نہیں بولنا۔ جی بابے بول پاؤ، اے تاں دے بھی مولوی صاحب لے درو کے کھچ درو کے اپو دے بے بیلیاں وال لے آیا ہے۔ ہاں جی، تے پوترا جدوں ساڈی عمر چ اسے موڑ تے نو پتہ لگ دی بھی بابے نو شاننا کنا سونا ہے۔ تے سانو رب کریم نے جڑا نام دتا ہے اس تو سونا نام ہی کوئی نہیں۔ سبحان اللہ۔ سناواں ایویں پکائی بنا، میں فلانے خان دا پتر ہاں، فلانے چودھری دا، فلانے این ایم این اے تے ایم پی اے، تے فلانے وزیر شزیر بے تدبیر دا، او کہہ دا نا لے نا لے، اے دس تیرے بابے دا نا کی اے؟ واہ کیا بات۔ تے جنوں پیو دے نا دا پتہ نہیں، او جیا جمیا دے نا جان نا جمیا چنگا آیا، دساں تیرے بابے سائیں دا کی نا ہے، میرے بابے سائیں دا کی نا ہے؟ اے جے ہور کوئی رکھیا تے ممکن ہے کسی نوں نا ہی آندا، ساڈا اے راں رب کریم نے رکھے۔ سبحان اللہ۔ اللہ تعالیٰ فرماندا، یا بنی آدم۔ سبحان اللہ سبحان اللہ۔ میں قسم کھا کے آخنا، جدو رب نے سانو یا بنی آدم فرمایا، تیرے سامنے فرشتیاں نے توڑا نہیں کر دیا، کیوں؟ وہ جان دے وہ دا پتر ہے جے دے پیروں تے اسی سجدہ کیتا۔ سبحان اللہ سبحان اللہ۔ یہ وہ دا پتر ہے جے دے پیروں تے اسی، وہ تو اپنے پیر سائیں بابے سائیں اپنے پیران دے پوتر نو ویکھ کے دوروں نیما ہوندا ہونا ہے، تے اسی تے اس آدم دی اولاد ہاں جنوں جبریل نے بھی سجدہ کیتا ہے۔ سبحان اللہ۔ میکائیل نے بھی سجدہ کیتا ہے۔ کیا بات ہے! اسرافیل نے بھی سجدہ کیتا ہے۔ اسرافیل نے بھی سجدہ، او جن نے تیری روح کڈن ہونی اون نے بھی سجدہ کیتا ہے تیرے بابے نو۔ واہ واہ واہ، سبحان اللہ سبحان اللہ۔ سمجھنا ہے، اللہ اکبر، یا رسول اللہ، یا علی، تو بڑا ریزنیبل ہے، بڑا ڈیپینڈیبل ہے، بڑا باوقار ہے، تینوں بڑیاں عزتاں ملیاں نے۔ میں ماننا کہ اسرائیل علیہ السلام نے آ کے روح قبض کرنی ہے، پر ایک واری آدم دا پتر بن کے لما پیا ہوئے، سو رب دی تیری عزت کرے گا آ کے۔ واہ سبحان اللہ سبحان اللہ۔ انہوں پتا ہے میں دے بابے نے سجدہ کیتا۔ کیا بات ہے کیا بات! میں دے بابے نے سجدہ کیتا ہے، تے ہن اس دے بچڑے دے سامنے میں آکڑاں، اینوں میں تنگ کراں، تے بابا آکسی کوئی تکسور کریاں، اوئے گل تائیں تے سلام کیتی رکھیائی، تے میرے بچڑے نوں ستا کے آ گئے۔ بابا پوچھ سی تے جے عزت چاہنا ہے تے بندے دا پتر بن کے، آدم دا بیٹا بن جا، خیراں ہی خیراں نے۔ نعرہ تکبیر، نعرہ رسالت، نعرہ حیدری، نعرہ غوثیہ۔ شاہ جی سبحان اللہ۔ آدم دا بیٹا کدوں آدم دا پتر بنتا ہے؟ سبحان اللہ۔ حضرت آدم علیہ السلام، بسم اللہ، سبحان اللہ، حضرت آدم علیہ السلام اپنے بچڑے، اپنے بیٹے تے صاحبزادے حضرت شیس علیہ السلام نو کول بلا تے نصیحت پہ فرمانے نے۔ سبحان اللہ۔ مڑ بابے دا آخری ویلا ہوئے نا تے بچیاں نو وصیت کرتا ہے، توجہ تو ہے نا جی؟ ہاں، اسی واسطے میں بات شروع کر بیٹھا، توجہ ہے
क्योंकि ये वो मोती नहीं जेडे खोटे हैं ते मैं ऐवें सट्टी जावां तुसीं कबूल करो ते ना करो ना, ये इतने अजीम जौहर ने इन्हां नूं मंगता बनते जोड़ी ते सट्टे इंशाअल्लाह तैनूं इजराइल भी सलाम करे। सुभान अल्लाह, वाह वाह वाह, तेरा बड़ा वकार है, तेरी बड़ी मंजिलत है। हजरत शीस अलैहि सलाम, सुभान अल्लाह, आदम अलैहि सलाम दे एक शहजादी दा नाम है हजरत शीस। यह तारीख हुण मैं नहीं तुहाडे सामने बयान करदा वरना टाइम चाहिए है। आदम अलैहि सलाम दे घरे रब करीब ने 20 बारी औलादां दित्तियां। किन्नी बारी? 20। रोंदा साइंसदान बनन नूं ते सियासतदान बनन नूं ते मैं बड़ा एजुकेटड हाँ, मैं क्वालीफाइड हाँ। कदा क्वालिफिकेशन है तेरी? तैन पता तो इन्ना भी नहीं भी तेरी तू तुरिया कितों है, इन्ना भी पता कोई नहीं। ते नबी पाक दे किसे मेरे रंगे मंगते नु पोछे तेनू बह के चिट्ठा खोल के दसी साडे बाबे दी पहली औलाद केड़ी मुड़ केड़ी मुड़ केड़ी ते रब ने केड़ियां शानां दी। सुभान अल्लाह, सुभान अल्लाह, वाह वाह वाह। डेरिया ते बह के चौधरों की गल ना करया कर, उत्थे बह के बाबे आदम अलैहि सलाम दे पुत्र होण दी गल करया कर। सुभान अल्लाह, क्या बात, बड़ियां शानां ने आदम अलैहि सलाम दियां, बेशक। सुभान अल्लाह, चलदियां चलदियां बराए ताई दे उनवान। सुभान अल्लाह, एक बुजुर्ग होए ने सरकार दी उम्मत दे वली इब्ने हारून। सुभान अल्लाह, इब्ने हारून, हारून इन्हां वलियां दे मां जो पकाई बैठा ये फतेह शाह बुखारी है, ये हाजी शेर है, ये किबला आलम महारवी है, हाँ जी ये बाबा फरीद पाक गन शकर है, हाँ जी ये पीर पठान है, जी ये क्यों याद रखी बनाए वो जरा अल्लाह ताला दे वलियां नू याद करे रब दी रहमत उन्हां नू लब लब ते करम कर दी। सुभान अल्लाह, वाह। वल कुरु आला अल्लाह। सुभान अल्लाह, नहीं सुभान अल्लाह कहते तो ना सी मैं को तुहाडे कोल खैर मंग रही है हूँ दुआई पाने तो आप ही बोल पाने चंगा नहीं, डबल ड्यूटी ना लाओ इको ही लाओ, मैं आर्डर दो मैं कुरान शरीफ पढ़ी जावा सुभान अल्लाह का मसला तो आड़ा है। सुभान अल्लाह, तो नहीं तो मैं आप ही पढ़ी जा सा आप ही सुभान अल्लाह कई सब तुम बह के सुनो मेरे लिए आदत है। तो ये ना तू महसूस करे जो हाँ मैं त्रकड़ा बंदा ते हाँ मैं जिमीदार ते हाँ मैं बहुत बड़ा इज्जत वाला इलाके की शख्सियत हाँ ते मौलवी दे नाल रहा ते मैं ही सुभान अल्लाह आखा लोग आने वो के ठीक है मौलविया दे नाल रलिया खड़ा और मौलविया दे नाल रल सी ते तैनू छिक ते बाबे आदम दे पैरां ते रख सी। वाह सुभान अल्लाह, तैनू कुत्तियां यहूदियां दे कोल नहीं ले जांदा, बिल्कुल चूड़ियां दे कोल नहीं ले जांदा, नबी पाक दे किसे मंगते दे नाल रल तैनू फड़ के आदम दे बूहे ते लै दे। सुभान अल्लाह, सुभान अल्लाह, तैनू दसे तू कहिंदी कहिंदी औलाद बेशक इबरे हारून। वाह वाह, आप दा विसाल होया ते हुण अल्लाह दे बंदे विसाल तो बाद भी मिलदे रहंदे, बेशक मिलदे रहंदे, बेशक सुभान अल्लाह। क्यों? बंदा मां बाप तो मुकदा है मदीने वाले तो नहीं मुकदा। वाह वाह, अल्लाह दा बाणा सुर करी सुर करी जदों अल्लाह सानू ईमान दी सलामती नाल बुलादा है मुहम्मद महफूज लाख दुनिया तो सफर कर जाए खुदा करे इमाम दी सलामती नाल जी ते मेरे भाई साहबान आखणगे असी एक मेरे भाई जान बस विसाल फरमा के असी दो आए ते वो फरमानगे असी दो भाई सैं हुण एक क्यों बंदा फौत हो जाए भरावां दी लिस्ट विचों निकल गया पुत्रां दी निस्त यानी फहरिस्त विचों निकल गया दोस्तां दी फहरिस्त विचों निकल गया सौ रब दी मां बाप कह सकते ने साढ़े चार पुत्र ने आखे मैं तो सुने सी पांच हैं आंदे एक फौत हो ते जदों तू मिट्टी दे तले चले जाए ना मुड़ बाबा ते अम्मा तैनू अपनी फहरिस्त चो कढ़ देंदे ने लेकिन खुदा दी कसम मदीने वाला तैनू नहीं कढ़दा ओह मनदे ने भी तू मेरे मनन वाला है। सुभान अल्लाह, सुभान अल्लाह, ओह मनदे ने बेशक जी अम्मा ते बाबे दी इज्जत नू सलाम लेकिन जे टुर जाए ते तेरा नाम फरिश्ते चो कढ़ दिंदे ने खारिज हो गया तेनू डेथ सर्टिफिकेट तेरे बापे ते अम्मा नू मिल गया तुहाडा पुत्र खत्म हो गया कुर्बान ताजदारे मदीने दे नौकरी कर खुदा दी कसम मेरे आका फरिश्ते चो नहीं कढ़ दे क्यों जदो बाबा मिट्टी च दब के टुर गया तू घरे नहीं अपड़िया मदीने वाला आ गया तेरे हाय सुभान अल्लाह सुभान अल्लाह वाह 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 शाह जी सुभान अल्लाह ये कोई नावल है कुरान सुन्नत दे हकायक ने
अम्मा रोंदी घर रह गई, बाबा रोंदा धोंदा मिट्टी पा के दुआ मांग के चला गया, भरा रोंदे चले गए, अहबाब धोंदे चले गए, हाँ जी ओ सारे चले गए, मदीने वाला आ गया। सुभान अल्लाह। क्यों आ गया? ओ नुस्ते नु कढ़िया नहीं, ओ वेखण आया मेरे गुलाम दा की हाल है। वाह 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 वाह, सुभान अल्लाह सुभान अल्लाह, की हाल है। इब्ने हारून बोलना जा कबर विच जदों गए तो बेलियां तो ड्यूटी देनी है, मैं रब दूका मैं दी दूका मैं तकुन मा कुन तकूलु फी हक हाज़र रजुल, तेरा रब कौन है? ओ मेरे पुत्रो शकूलियो, ओ कालना दी दुनिया यूनिवर्सिटी एजुकेटेड तबका, पहलो याद करते ने भी अज सानू परचा साडा फिजिक्स है, केमिस्ट्री है, जोग्राफी है, बायोलॉजी है, साइंस है, अंग्रेजी है, परशियन है, सियासी आते काड़ा परचा है, रात बह के पकाना है तो फिर सवेरे इम्तिहान देना है। मदीने के ताजदार दे सदके जा साढ़े मरण तो हजारा साल पहले दस दिता मेरे मंग चो तुहानू परचा पैना है, तो यह सवाल होने नहीं, पका के जायो खैर हो जाएगी। वाह सुभान अल्लाह। पहला सवाल तेरा रब कौन दसो दसो जी, तुहाडा रब अल्लाह, एहो ही सवाल ना तेरा रब कौन लै राजी। लोग जो बोलते होंगे ने मियाँ मौलवियों की शरीयत हो रहे फकीर का राह हो रहे, चाहे ना जमदा तो की खुदा की कसम फकीर ही आलम होंगे, जरा फरीदुद्दीन गंज शक्कर आलम नहीं बनता, मैं बंदे का पुत्र ही नहीं मानता, जरा हजरत सरकार हाजी शेर रहमतुल्ला अलैह नू आलम नहीं मानता, बंदे का पुत्र ही नहीं, जरा किबला आलम महावी नू आलमे दीन नहीं मानता, बंदे का पुत्र ही नहीं। और सब तो पहला मदरसा खोलन वाले नू यारवीं वाला पीर अब्दुल कादर जिलानी कहेंगे। सुभान अल्लाह। ओ मेरा बुजुर्गा, ओ मेरा बछड़ा, सबक पका, ऐ सवाल पहला है तेरा रब कौन है? मदीने पाक दे मालक ते सोने सरकार दे सदके जा सौ रब दी सानू रस्ता ही दस्या, बंदा अपने रब नू भुल सकदा ही नहीं, भुल सकदा ही नहीं। हां जी सज्जन जू आंदे ने बेली अल्हम्दुलिल्लाह सरकार सलाम दे जिक्रे पाक ते मिलाद शरीफ दा जश्न कीता ते भाजा जश्न विच भी शामिल हो तो तैनू साइयां दे लंगर भी खवाइए, ते तू आयो ना आखिर मैं चेता लै गया, हो सकता सी उम्मती माद अल्लाह भुल जाता भी तेरा रब कौन है। सरकार ने उम्मत नू हुकम दिता रस्ता मैं दस दिना आमण वंजन तुसी रखियो ते भुल दे नहीं। सुभान अल्लाह सुभान अल्लाह। हुण चुप कर गए सुभान अल्लाह भी नहीं आख्या, हे बड़ी सियाणी कौमां दे मौलवी आयो ही अपनी आई ते ये हुण खिच थ्रू ते लिया उए किते जेदे बुए ते रोज आवे कमला तू नू भुल नहीं सकदा के भुल जाएगा, सवेरे आयो दुपारी आयो दिन डले आयो असर वेले आयो शाम डले आयो रात आयो पिछली रात आयो भुल जाएगा उन्हों नहीं भुलदा। तो फिर मेरे मुस्तफा करीब ने फरमाया मैं इजाजत मैं लै लैना घर मेरे रब का जरा पाखा तो पा के भावे तू गुनाई है बाजा चार पांच बारी चक्कर मार के सजदा कर दिया कर ना तू रब नू भुले ना तेनू खता हो। सुभान अल्लाह सुभान अल्लाह। नमाज पढ़न वास्ते मस्जिद आउंदा ये भी राज है, किथे पढ़नी है मस्जिद च ते मस्जिद कहिंदा घर है अल्लाह दा, ये गल तो मुड़ पक्की होगी के जेदे कोल आमड़ मजे ओनू एक मैनू कई बार पुछदे ने बेली आंदे तू जो मुल्तान गया मैं फलाने आलमी दीन नू सियाणना है, और मैं कहा राती ते मैं हुणे दे जलसे च वाज कीता। हां जी
ਤੇ ਉਹ ਫਿਰ ਆਉਂਦਾ ਮੈਂ ਤਾਂ ਇਹਨੂੰ ਐਵੇਂ ਸਵਾਲ ਕੀਤਾ, ਇਹ ਤਾਂ ਉਹਨਾਂ ਦੇ ਨਾਲ ਆਉਂਦਾ, ਮੈਂ ਕਿਹਾ ਮੈਂ ਤਾਂ ਰਾਤੀ ਹੋਈਆਂ ਦੀ ਜਲਸੇ ਜਵਾਬ ਕੀਤਾ ਤੇ ਤੈਨੂੰ ਹੁਣ ਫਰਿਸ਼ਤੇ ਆਖਣ ਤੇਰਾ ਰੱਬ ਕਿਹੜਾ ਹੈ ਤੇ ਤੂੰ ਜਰਾ ਦੜ ਕੇ ਨਾ ਆਖੀਓ ਸਜਦਾ ਤਾਂ ਹੁਣ ਕਰਦਾ ਮਾਇਆ ਮੈਂ ਕਿੱਥੋਂ ਬੋਲਿਆ। ਸੁਭਾਨ ਅੱਲਾ ਸੁਭਾਨ ਅੱਲਾ ਵਾਹ ਵਾਹ ਵਾਹ। ਇੰਜ ਕਰਕੇ ਬਣ ਆਦਮ ਦਾ ਪੁੱਤਰ, ਰੱਬ ਫਰਮਾਇਆ ਤੇਰੇ ਬਾਬੇ ਨੂੰ ਫਰਿਸ਼ਤਿਆਂ ਕੋਲੋਂ ਸਜਦਾ ਮੈਂ ਕਰਾਇਆ। ਗੱਲ ਮੈਂ ਫਿਰ ਉੱਥੇ ਆਈ ਬੋਲਣਾ ਜਾਵਾਂ, ਤੇਰੇ ਬਾਬੇ ਦੇ ਪੈਰਾਂ ਤੇ ਫਰਿਸ਼ਤਿਆਂ ਕੋਲੋਂ ਸਜਦਾ ਮੈਂ ਤੈਨੂੰ ਨਹੀਂ ਆਖਦਾ ਬਈ ਹੁਣ ਜਿਬਰੀਲ ਲਾਵੇ ਤੇ ਤੂੰ ਸਜਦਾ ਚੱਕ ਰਹੇ, ਨਾ ਨਾ, ਤੈਨੂੰ ਜਦੋਂ ਉਦੋਂ ਤੇਰੇ ਬਾਬੇ ਨੂੰ ਫਰਿਸ਼ਤੇ ਜਿਬਰੀਲ ਪਾਕ ਨੇ ਸਜਦਾ ਕੀਤਾ ਤੈਨੂੰ ਵੱਡੀਆਂ ਸ਼ਾਨਾਂ ਮਿਲ ਗਈਆਂ। ਪੜ੍ਹੇ ਲਿਖੇ ਹਜ਼ਰਾਤ ਬੈਠੇ ਨੇ, ਅਨਟੇਬਲ ਲੋਕ ਬੈਠੇ ਨੇ, ਜਿਹੜੇ ਸ਼ਖਸ ਨੂੰ ਨਿਸ਼ਾਨੇ ਹੈਦਰ ਮਿਲ ਜਾਏ ਨਾ ਜੀ, ਮੈਨੂੰ ਕਿਸੇ ਪੜ੍ਹੇ ਲਿਖੇ ਦੱਸਿਆ ਮੈਨੂੰ ਇੰਨਾ ਸੋਰ ਕਾਹੀ ਨਹੀਂ, ਮੈਂ ਤਾਂ ਹਾਂ ਮੁਸੀਬਤ। ਮੈਨੂੰ ਪੜ੍ਹੇ ਲਿਖੇ ਲੋਕਾਂ ਦੱਸਿਆ ਵੀ ਜਿਹੜਾ ਹੋਵੇ ਨਾ ਨਿਸ਼ਾਨੇ ਹੈਦਰ ਹੋਲਡਰ ਉਹ ਅਕਸਰ ਸ਼ੁਹਦਾ ਨੂੰ ਮਿਲਦਾ, ਨਿਸ਼ਾਨੇ ਹੈਦਰ ਅਕਸਰ ਸ਼ੁਹਦਾ ਨੂੰ ਮਿਲਦਾ। ਹੁਣ ਉਹ ਤਾਂ ਕਬਰ 'ਚ ਚਲਾ ਗਿਆ, ਅੱਲਾ ਦੀ ਰਹਿਮਤ 'ਚ ਚਲਾ ਗਿਆ, ਹਾਂਜੀ, ਅਤੇ ਇਹ ਹੁਣ ਨਿਸ਼ਾਨੇ ਹੈਦਰ ਦਾ ਕੀ ਫਾਇਦਾ? ਮੈਨੂੰ ਕਿਸੇ ਦੱਸਿਆ ਜਨਾਬ ਇਹਦਾ ਫਾਇਦਾ ਇਹ ਵੇ ਬਈ ਉਹਦਾ ਪੁੱਤਰ ਨਿਸ਼ਾਨੇ ਹੈਦਰ ਰਾਹ ਕੇ ਸੀਨੇ 'ਤੇ, ਜਿਹੜੇ ਤਗੜੇ 'ਤੇ ਤਗੜੇ ਦਫ਼ਤਰ 'ਚ ਵੀ ਚਲਾ ਜਾ ਉਹਨੂੰ ਕੁਰਸੀ ਲੱਭਦੀ ਹੈ। ਵਾਹ 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 ਸੁਭਾਨ ਅੱਲਾ। ਕਿਉਂ ਇਹਨੂੰ ਕੁਰਸੀ ਕਿਉਂ ਲੱਭਦੀ ਹੈ? ਬਾਕੀ ਬਾਹਰ ਖੜੇ ਨੇ, ਇਹ ਕੁਰਸੀ ਕਿਉਂ ਲੱਭਦੀ ਹੈ? ਇਹ ਨਿਸ਼ਾਨੇ ਹੈਦਰ, ਇਹ ਨਿਸ਼ਾਨੇ ਹੈਦਰ ਵਾਲੇ ਦਾ ਪੁੱਤਰ ਹੈ, ਛੋਰ ਹੈ। ਸੁਭਾਨ ਅੱਲਾ। ਬਾਬੇ ਆਦਮ ਦੇ ਆਬਾ ਚੜਿਆ ਜਦੋਂ ਇਜ਼ਰਾਈਲ ਆਇਆ ਤੇ ਤੇਰੀ ਮੂੰਹ ਤੇ ਜਦੋਂ ਰਸੂਲੁੱਲਾ ਦਾ ਕਲਮਾ ਹੋਇਆ ਤੇ ਤੂੰ ਬੰਦੇ ਦਾ ਪੁੱਤਰ ਬਣੇ ਆਦਮ ਦਾ, ਤੇ ਉਹ ਫਰਿਸ਼ਤਾ ਤੈਨੂੰ ਤਰੂਣ ਨਹੀਂ ਲੱਗਾ, ਨੀਵਾਂ ਹੋ ਕੇ ਸਲਾਮ ਕਰ ਸੀ ਤੈਨੂੰ। ਵਾਹ ਸੁਭਾਨ ਅੱਲਾ, ਕੀ ਬਾਤ ਹੈ ਸ਼ਾਹ ਜੀ, ਤੂੰ ਆਦਮ ਦੀ ਔਲਾਦ ਹੈ। ਬਿਲਕੁਲ, ਬਸ ਇੰਨਾ ਕੁ ਚਾਹੀਦਾ ਵੀ ਬੰਦਾ ਹੁਰੀਏ ਤੋਂ, ਲਿਬਾਸ ਤੋਂ, ਕਿਰਦਾਰ ਤੋਂ ਇੰਜ ਜਾਪੇ ਜਿਵੇਂ ਆਦਮ ਦਾ ਪੁੱਤਰ। ਵਾਹ ਵਾਹ ਵਾਹ। ਇਬਨੇ ਹਾਰੂਨ ਕਿਤੇ ਚੇਤਾ ਨਾ ਭੁੱਲ ਜਾਏ। ਸੁਭਾਨ ਅੱਲਾ। ਮਲਾਇਕਾ ਆ ਗਏ, ਮਰ ਰੱਬੋ ਕਾ, ਤੇਰਾ ਰੱਬ ਕਿਹੜਾ? ਹਜ਼ਰਤ ਨੂੰ ਪੁੱਛਿਆ, ਤੇਰਾ ਰੱਬ ਕਿਹੜਾ? ਫਿਰ ਮੈਂ ਯਾਨੀ ਮੈਨੂੰ ਪੁੱਛ ਲਿਓ, ਮੈਂ ਕੋ ਪੁੱਛ ਦੇਵੇ? ਤੂੰ ਕਹ ਮੈਂ ਤੁਸੀਂ ਮੈਨੂੰ ਪੁੱਛ ਦਿਓ ਫਿਰ ਜੀ, ਆ ਤਾਂ ਕੋ ਪੁੱਛਣਾ, ਮਰ ਰੱਬੋ ਕਾ। ਫਰਮਾ ਦੇ ਲਾਏ ਬਾਈ, ਆਹ ਵੱਖਰਾ ਹੀ ਕੰਮ ਹੋ ਗਿਆ, ਇਹ ਵੱਖਰਾ ਹੀ ਕੰਮ ਹੋ ਗਿਆ। ਮਰ ਰੱਬੋ ਕਾ, ਤੇਰਾ ਰੱਬ ਕਿਹੜਾ? ਦੱਸਾਂ ਕਿਹੜਾ ਰੱਬ ਹੈ ਜੀ, ਆ ਤੂੰ ਦੱਸੋ। ਫਰਮਾ ਰੱਬੀ ਯੱਲਜ਼ੀ ਅਸਜਦਕੁਮ ਬੈਨਾ ਯਦੈ ਅਬੀ। ਵਾਹ 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 ਸੁਭਾਨ ਅੱਲਾ। ਇਹ ਤਾਂ ਹੈ ਅਰਬੀ, ਫਾਰਸੀ ਸੁਣੋ। ਰੱਬੇ ਮਨਾਨਸ ਕਿ ਜਮੀ ਮਲਾਇਕਾਰਾ ਪਰ ਪਾ ਹਾਏ ਵਾਲਦੇ ਮੰਦਰ ਸਜਦਾ ਕਰ ਅਫਗਾਨ। ਸੁਭਾਨ ਅੱਲਾ ਸੁਭਾਨ ਅੱਲਾ। ਫਾਰਸੀ ਕੀ ਬਾਤ, ਉਰਦੂ ਮੇਰਾ ਰੱਬ ਉਹ ਹੈ ਜਿਸਨੇ ਮੇਰੇ ਬਾਪ ਕੇ ਕਦਮੋਂ ਪਰ ਤੁਮਸੇ ਸਜਦਾ ਕਰਾਇਆ। ਵਾਹ ਸੁਭਾਨ ਅੱਲਾ। ਪੰਜਾਬੀ, ਉਹ ਮੇਰਾ ਰੱਬ ਹੋਵੇ ਜਿਹਨੇ ਮੇਰੇ ਬਾਬੇ ਸਾਈਂ ਦੇ ਪੈਰਾਂ ਤੋਂ ਆਪੂ ਸਾਰਿਆਂ ਨੂੰ ਸਜਦੇ ਤੋਂ ਸੱਟਿਆ। ਕੀ ਬਾਤ ਹੈ ਸੁਭਾਨ ਅੱਲਾ। ਸੁਰ ਲੱਗ ਗਿਆ ਕਿ ਡਾਡਾ ਲੱਗਿਆ? ਹਾਂਜੀ ਡਾਡਾ ਲੱਗਿਆ। ਹਾਂਜੀ ਮੈਂ ਹੁਣ ਅੱਲਾ ਦੀ ਕੁਦਰਤ, ਕੱਲ ਤਾਈ ਸਲਾਮਾਂ ਕੀਤੀ ਰੱਖੀਆਂ, ਅੱਜ ਐਗਜ਼ਾਮੀਨਰ ਬਣ ਕੇ ਆ ਗਏ। ਵਾਹ ਵਾਹ ਵਾਹ। ਤੇ ਇੱਕ ਦੂਜੇ ਨੂੰ ਆਂਦਾ ਆ ਜਾ ਚੱਲੀਏ, ਆਂਦਾ ਸਾਡੇ ਸਵਾਲ ਰਾਂਦੇ ਨੇ, ਇੱਕੋ ਹੀ ਸਹਿ ਤਸੱਲੀ ਹੋ ਗਈ, ਇੱਕੋ ਹੀ ਸਹਿ। ਅਖੇ ਉਹ ਕਿਵੇਂ? ਅਸੀਂ ਤੂੰ ਇਹਦਾ ਸਵਾਲ ਕੀਤਾ ਸੀ ਨਾ ਵੀ ਤੇਰਾ ਰੱਬ ਕੌਣ ਹੈ? ਇਹ ਫਤਿਹ ਸ਼ਾਹ ਦੇ ਸੱਜੇ ਖੱਬੇ ਰਹਿਣ ਵਾਲੇ ਸਾਰਿਆਂ ਨੂੰ ਦੱਸੀ ਜਾਂਦਾ, ਇਹ ਸਾਰਿਆਂ ਵੱਲੋਂ ਇਹਨਾਂ ਨੇ ਜੇ ਪਕਾ ਲਿਆ। ਹਾਂਜੀ ਇਮਾਨ ਨਾਲ ਦੱਸ ਜੀ, ਆ ਕੇ ਤੈਨੂੰ ਆਖਣ ਤੇਰਾ ਰੱਬ ਕਿਹੜਾ ਹੈ? ਤੇ ਤੂੰ ਇੱਕ ਵਾਰੀ ਵਗਾਈ, ਮੇਰਾ ਉਹ ਰੱਬ ਜਿਹਨੇ ਤੁਹਾਡੇ ਕੋਲੋਂ ਮੇਰੇ ਬਾਬੇ ਦੇ ਪੈਰਾਂ ਤੇ ਸਜਦਾ ਕਰਾਇਆ, ਜੇ ਕਬਰ 'ਚ ਖੜੋ ਜਾਣ ਤਾਂ ਗੱਲ ਹੋ ਗਈ। ਸੁਭਾਨ ਅੱਲਾ। ਕਿਉਂ? ਉਹ ਫਰਿਸ਼ਤੇ ਨੇ ਬੇਅਦਬ ਨਹੀਂ, ਖੁਦਾ ਦੀ ਕਸਮ, ਕੋਈ ਫਰਿਸ਼ਤਾ ਬੇਅਦਬ ਨਹੀਂ, ਕੋਈ ਫਰਿਸ਼ਤਾ ਗੁਸਤਾਖ ਨਹੀਂ। ਕਰੇ ਸਜਦਾ ਆਦਮ ਨੂੰ ਫੇਰ ਗੁਸਤਾਖ ਹੋਵੇ? ਇੱਕ ਬੇਈਮਾਨ ਗੁਸਤਾਖ ਆਇਆ, ਉਦੋਕਣੇ ਚਿੱਤਰ ਛਿੱਤਰ ਝੱਲ ਕੇ ਆਇਆ, ਜੁੱਤੀਆਂ ਖਾ ਤੇ ਮੁੜ ਫੜੇ ਆਈ, ਜਾਣਦੇ ਵੇ ਜੀ ਦੱਸ। ਹਾਂਜੀ ਇਹ ਉਹ ਬਗੈਰਤ ਹੈ ਜਿਹੜਾ ਨਾ ਵਲੀਆਂ ਦੇ ਬੂਹੇ ਤੇ ਜਾਂਦਾ ਤੇ ਨਾ ਰੱਬ ਦੇ ਬੰਦਿਆਂ ਦੇ ਬੂਹੇ। ਵਾਹ ਵਾਹ ਵਾਹ। ਐਡਾ ਪਲੀ ਕਿਉਂ?
ਜਦੋਂ ਓਕੜੀਆਂ ਜੁੱਤੀਆਂ ਪਾਈਆਂ ਨੇ ਹੁਣ ਖੱਲੇ ਚੱਲ ਕੇ ਪੌਲੇ ਚੱਲ ਕੇ ਹੋਵੇ ਬੰਦਾ ਕਿਵੇਂ ਆਵੇ? ਹਾਂ ਤਾਂ ਨਾ ਉਹ ਮੀਆਂ ਮਾਂ ਇਸ ਡੇਰੇ ਤੇ ਨਹੀਂ ਜਾਂਦੇ, ਇੱਥੇ ਮੈਨੂੰ ਪੌਲੇ ਪਏ ਨੇ, ਇੱਥੇ ਤਾਂ ਮੈਨੂੰ ਲਿੱਤੁਰ ਪਏ, ਮੈਂ ਤਾਂ ਅਸਲੋਂ ਨਹੀਂ ਜਾਣਦਾ। ਹਾਂਜੀ ਅਜੀਜ਼ਾਂ ਨੇ ਗਿਰਾਮੀ, ਫਰਿਸ਼ਤ ਫਰਮਾਇਆ ਰੱਬੇ ਜੰਨਤ ਦੀ ਅਸਰ ਰਕਮ ਪੈਣ ਲੈ ਵੀ ਮੇਰੇ ਬਾਬੇ ਸਾਈਂ ਦੇ ਪੈਰਾਂ 'ਤੇ ਤੂੰ ਸਜਦਾ ਕੀਤਾ? ਕਿ ਕੀਤਾ ਫਰਮਾ, ਮੈਂ ਉਸੇ ਦੀ ਔਲਾਦ। ਸੁਭਾਨ ਅੱਲਾਹ। ਉਹਨਾਂ ਕਹਿ ਇੱਕ ਤਾਂ ਦੱਸੋ ਸਾਈਂ ਕਿ ਤੁਸੀਂ ਤਾਂ ਹਾਵੇ ਕੋਈ ਨਾ, ਉਦੋਂ ਉਹ ਤਾਂ ਤੁਹਾਡੇ ਬਾਬੇ ਸਾਈਂ ਆ ਨਾ, ਤੁਸੀਂ ਉਦੋਂ ਕੋਈ ਨਹੀਂ ਆ। ਨਹੀਂ ਤੇ ਮੁੜ ਤੁਹਾਨੂੰ ਕਿਵੇਂ ਪਤਾ? ਫਰਮਾ ਵਾਹ ਬਈ ਵਾਹ, ਇੱਕ ਵੱਖਰਾ ਹੋਰ ਸਵਾਲ ਆ ਗਿਆ। ਸੁਭਾਨ ਅੱਲਾਹ। ਤੁਹਾਨੂੰ ਕਿਵੇਂ ਪਤਾ? ਮੈਨੂੰ ਪਤਾ ਨਹੀਂ। ਤੁਸੀਂ ਦੋਵੇਂ ਮੁਨਕਰ ਵੀ ਤੇ ਨਕੀਰ ਵੀ, ਤੁਸੀਂ ਜਦੋਂ ਦੋਨਾਂ ਨੇ ਸਜਦਾ ਕੀਤਾ ਨਾ ਮੇਰੇ ਬਾਬੇ ਸਾਈ ਦੇ ਪੈਰਾਂ ਤੇ, ਤੇ ਮੈਂ ਹਜ਼ਰਤ ਦੀ ਪੁਸ਼ਤ ਵਿੱਚ ਮੇਰੀ ਰੂਹ ਬੈਠੀ, ਮੈਂ ਤੁਹਾਡਾ ਤਮਾਸ਼ਾ ਵੇਖੀ ਬਾਬੇ ਨੂੰ ਸਜਦਾ ਫਰਿਸ਼ਤਿਆਂ ਕੋਲੋਂ ਕਰਾਇਆ ਤੇ ਤੁਸੀਂ ਫਰਿਸ਼ਤਿਆਂ ਨੂੰ ਕਰੋ ਆਖਿਆ? ਨਹੀਂ, ਬੋਲੋ, ਨਹੀਂ ਕਰਾਇਆ। ਬਲਕਿ ਕੀ ਫਰਮਾਇਆ? ਤੁਹਾਡੇ ਬਾਬੇ ਨੂੰ ਸਜਦਾ ਫਰਿਸ਼ਤਿਆਂ ਕੋਲੋਂ ਮੈਂ ਕਰਾਇਆ ਤੇ ਤੁਸੀਂ ਮੈਨੂੰ ਕਰੋ। ਵਾਹ, ਇਹ ਹੈ ਪਰਿਆਂ ਦੀ ਗੱਲ। ਸੁਭਾਨ ਅੱਲਾਹ। ਇਹ ਹੈ ਅਪ ਟੂ ਡੇਟ ਟੂ ਦੀ ਪੁਆਇੰਟ। ਸੁਭਾਨ ਅੱਲਾਹ। ਕਿ ਤੁਹਾਡੇ ਬਾਬੇ ਨੂੰ ਇੱਜ਼ਤ ਮੈਂ ਦਵਾਈ। ਜਿਬਰੀਲ ਕਰ ਸਕਦਾ, ਮੀਕਾਇਲ ਕਰ ਸਕਦਾ, ਅੱਲਾਹੁ ਅਕਬਰ। ਸਰਕਾਰ ਆਦਮ ਪਾਕ ਦਾ ਜ਼ਿਕਰ ਖੈਰ ਤਾਂ ਬਹੁਤ ਬੜਾ ਹੈ, ਇੰਨਾ ਹੀ ਬੜਾ ਹੈ। ਵਾਹ ਵਾਹ। ਤੇ ਬੈਠੇ ਨੇ ਬਾਬੇ ਸਾਈਂ ਆਪਣੇ ਘਰ ਤੇ ਸ਼ਾਹਜ਼ਾਦਾ ਸਾਹਮਣੇ ਬੈਠਾ, ਕੌਣ? ਹਜ਼ਰਤ ਸ਼ੀਸ, ਹਜ਼ਰਤ ਸ਼ੀਸ ਅਲੈਹ ਸਲਾਮ ਬੈਠੇ ਨੇ। ਫਰਮਾਇਆ ਬਚੜਾ, ਮੈਂ ਤੈਨੂੰ ਵਸੀਅਤ ਕਰਨਾ। ਸੁਭਾਨ ਲਾ ਤਜ਼ਕੁਰ ਇਲਾ ਇਲਾ ਵਤਜ਼ਕੁਰ ਮਾਹੂ ਮੁਹੰਮਦ ਸੁਭਾਨ ਅੱਲਾਹ ਸੱਲੱਲਾਹੁ ਅਲੈਹ ਸਲਾਵਾਤੁਲਾਹ ਤਾਲਾ ਵਸਲਾਮੁਹੁ ਅਲੈਹ। ਫਰਮਾ ਮੇਰੇ ਪੁੱਤਰ, ਜਦੋਂ ਵੀ ਰੱਬ ਕਰੀਮ ਦਾ ਜ਼ਿਕਰ ਕਰੇ, ਕੱਲਿਆਂ ਕਰਕੇ ਨਾ ਕਰੀ, ਅਲੈਦਾ ਕਰਕੇ ਨਾ ਕਰੀ, ਇਲਾ ਵਾ ਤਸਕਰ ਮਾਹੂ ਮੁਹੰਮਦ ਸੁਭਾਨ ਅੱਲਾਹ ਸੱਲੱਲਾ। ਫਰਮਾਇਆ ਆਦਮ ਅਲੈਹ ਸਲਾਮ ਨੇ ਬਚੜਾ ਜਦੋਂ ਅੱਲਾ ਦਾ ਨਾਂ ਲਵੇ ਤੇ ਪਰਾਂ ਕੱਲਿਆਂ ਕਰਕੇ ਨਾ ਲਵੀ, ਮੁਸਤਫਾ ਦਾ ਨਾਂ ਨਾ ਰੱਖ ਕੇ ਫਿਰ ਜ਼ਿਕਰ ਕਰੇ। ਸੁਭਾਨ ਅੱਲਾਹ। ਵਾਹ। ਅੱਲਾ ਤਾਲਾ ਦਾ ਨਾਂ ਮੁਹੰਮਦ ਅਰਬੀ ਦੇ ਨਾਂ ਦੇ ਨਾਲ ਰਲ ਕੇ ਕਰੇ। ਵਾਹ ਵਾਹ। ਇਹਨੇ ਇਕੱਠੇ ਨਾ, ਜੁਦਾ ਨਾ ਕਰੇ। ਅੱਜ ਕੀਤੀ ਬਾਬਾ ਸਾਈਂ ਹੁਕਮ ਤੁਹਾਡਾ ਤੇ ਮੈਂ ਕਿਵੇਂ ਤਾਬੀਰ ਨਾ ਕਰਾਂ, ਪਰ ਸਾਈਂ ਮੇਰਾ ਹਿੱਕ ਮੈਨੂੰ ਦੱਸ ਦਿਓ ਇਹਦੀ ਵਜ੍ਹਾ ਕੀ ਹੈ। ਸਾਈਂ ਫਰਮਾਉਂਦੇ ਨੇ ਆਹੋ ਇਹ ਤਾਂ ਦੱਸੋ ਵੀ ਮੁਹੰਮਦ ਕੌਣ ਹੈ? ਫਰਮਾਇਆ ਹਾਲੇ ਆਉਣਾ ਹੈ ਉਹਨਾਂ ਨੇ। ਸੁਭਾਨ ਅੱਲਾਹ। ਹਾਲੇ ਉਹਨਾਂ ਦੁਨੀਆਂ ਵਿੱਚ ਆਉਣਾ ਹੈ। ਬੋਲੋ, ਹਾਲੇ ਆਦਮ ਅਲੈਹ ਸਲਾਮ ਫਰਮਾ ਮੇਰੇ ਬਚੜਾ, ਮੁਹੰਮਦ ਅਰਬੀ ਅਲੈਹ ਸਲਾਮ ਨੇ ਹਾਲੇ ਦੁਨੀਆਂ 'ਚ ਤਸ਼ਰੀਫ ਓਏ ਤੂੰ ਦੱਸ ਅੱਲਾ ਦਾ ਬਾਣਾ ਤੇਰੇ ਰਸੂਲ ਪਾਕ ਦੀਆਂ ਕਿਹੜੀਆਂ ਸ਼ਾਨਾਂ ਨੇ? ਹਾਲੇ ਦੁਨੀਆਂ 'ਚ ਆਏ ਨਹੀਂ, ਨਬੀਆਂ ਦੇ ਵਿਹੜੇ ਮੁਸਤਫਾ ਦੇ ਜ਼ਿਕਰ ਨਾਲ ਵਸਦੇ ਪਏ ਨੇ। ਵਾਹ ਵਾਹ। ਉਸੇ ਆਦਮ ਦਾ ਪੁੱਤਰ ਹੈ ਨਾ, ਤੇ ਜੇ ਆਦਮ ਦੀ ਝੋਕ ਮੁਸਤਫਾ ਦੇ ਨਾਂ ਤੋਂ ਬਗੈਰ ਨਹੀਂ ਵਸਦੀ ਤੇ ਕੀ ਹੋਇਆ? ਜੇ ਨਿੱਕੂ ਪੀਰ ਇੱਥੇ ਕਰੇ, ਤੂੰ ਘਰ ਵਿੱਚ ਕਰੇ, ਜਿੱਥੇ ਜ਼ਿਕਰੇ ਮੁਸਤਫਾ ਕਰੇ, ਬੰਦੇ ਦਾ ਪੁੱਤਰ ਹੈ, ਆਦਮ ਦੀ ਔਲਾਦ। ਸੁਭਾਨ ਅੱਲਾਹ ਸੁਭਾਨ ਅੱਲਾਹ। ਇਹ ਰਸਮ ਔਰ ਰਿਵਾਜ ਨਹੀਂ, ਸਾਈਆਂ ਨੂੰ ਯਾਦ ਕਰੀਏ ਬਾਬੇ ਸਾਈਂ ਰਾਜ਼ੀ ਹੋ ਜਾਂਦੇ। ਆਦਮ ਅਲੈਹ ਸਲਾਮ ਰਾਜ਼ੀ ਹੋ ਜਾਂਦੇ ਨੇ। ਅੱਜ ਕੀਤੀ ਬਾਬਾ ਜੀ, ਅੱਬਾ ਜੀ ਹਜ਼ੂਰ ਮੈਂ ਤਾਮੀਲ ਕਰਾਂਗਾ। ਲੇਕਿਨ ਇਹ ਫਰਮਾਓ ਭਈ ਸਾਈਆਂ ਮਸਲਾ ਲਿਆ ਕਿੱਥੋਂ ਹੈ, ਇਹ ਕਿੱਥੋਂ ਲਿਆ? ਹੁਣ ਮੈਂ ਕਸਮ ਖਾ ਕੇ ਆਖਣਾ, ਸ਼ੀਸ ਅਲੈਹ ਸਲਾਮ ਨੂੰ ਸ਼ੱਕ ਕੋਈ ਨਹੀਂ ਸੀ, ਸ਼ੱਕ ਕੋਈ ਨਹੀਂ ਆ, ਕਿਉਂਕਿ ਅੱਲਾ ਦੇ ਨਬੀ ਨੂੰ ਮੇਰੇ ਆਕਾ ਦੀ ਸ਼ਾਨ 'ਚ ਤਾਂ ਕੋਈ ਸ਼ੱਕ ਹਜ਼ਰਤ ਹੈ ਹੀ ਨਹੀਂ ਨਾ। ਬੇਸ਼ੱਕ। ਇਹ ਤਾਂ ਗੁਸਤਾਹਾਂ ਦਾ ਕੰਮ ਹੈ ਤੇ ਨਬੀ ਤੇ ਨਬੀ ਉਹ ਹੁੰਦੇ ਨੇ ਜਿਹਨਾਂ ਨੇ ਮੇਰੇ ਮੁਸਤਫਾ ਦਾ ਕਲਮਾ ਪੜਿਆ ਹੈ। ਵਾਹ ਵਾਹ ਵਾਹ। ਸਾਡੇ ਰੂਹ ਦੇ ਕਲਮੇ ਦੀਆਂ ਦੋ ਸਿਫਤਾਂ ਨੇ, ਜੇ ਤੂੰ ਕਲਮਾ ਪੜੇ ਤੈਨੂੰ ਈਮਾਨ ਮਿਲਦਾ ਹੈ, ਤੇ ਜੇ ਨਬੀਆਂ ਪੜਿਆ ਤੇ ਨਬੂਵਤ ਮਿਲੀ ਹੈ। ਵਾਹ ਸੁਭਾਨ ਅੱਲਾਹ। ਹਜ਼ੂਰ ਦੀ ਨਬੂਵਤ ਦੇ ਦੋ ਦੌਰ ਨੇ, ਦੋ ਦੌਰ ਨੇ। ਇੱਕ ਜ਼ਮਾਨੇ 'ਚ ਨਬੀਆਂ ਦੀਆਂ ਰੂਹਾਂ ਕਲਮਾ ਪੜਿਆ। ਫਰਮਾ ਮਾ ਇਨ ਆਮਨ ਤੁਮ ਹੀ ਜਾਲ ਤੁਕੁਮ ਅੰਬਿਆ, ਜਿਹੜਾ ਜਿਹੜਾ ਮੇਰੇ ਮੁਸਤਫਾ ਦਾ ਕਲਮਾ ਪੜੇਗਾ ਨਾ, ਮੈਂ ਨਬੀ ਬਣਾ ਦੇਵਾਂਗਾ। ਸੁਭਾਨ ਅੱਲਾਹ। ਆਦਮ ਅਲੈਹਿਸਲਾਮ ਤੋਂ ਲੈ ਕੇ ਈਸਾ ਅਲੈਹਿਸਲਾਮ ਤੱਕ ਦੁਆਈਆਂ ਪੈ ਗਈਆਂ। ਵਾਹ।
ਦੁਆਈਆਂ ਪੈ ਗਈਆਂ, ਉਹਨਾਂ ਨੂੰ ਨਬੂਵਤ ਮਿਲੀ। ਬੇਟੇ ਪੈਰ ਪਿੱਛਾ ਕਰੋ, ਸ਼ਾਬਾਸ਼, ਬਹੁਤ ਅੱਛਾ। ਅਤੇ ਸਾਨੂੰ ਈਮਾਨ ਮਿਲਿਆ, ਸੁਭਾਨ, ਸਾਨੂੰ ਬੋਲੋ ਈਮਾਨ ਮਿਲਿਆ। ਅਤੇ ਈਮਾਨ ਜਿਹੜਾ ਵੱਡਾ ਹੁੰਦਾ ਨਾ ਕਾਮਿਲ, ਉਹਨੂੰ ਆਉਂਦੇ ਨੇ ਵਿਲਾਇਤ। ਉਹਨਾਂ ਨੂੰ ਨਬੂਵਤ ਮਿਲੀ, ਹਜ਼ੂਰ ਦੇ ਮੰਗਤਿਆਂ ਨੂੰ ਵਿਲਾਇਤ ਮਿਲੀ, ਸੁਭਾਨ ਅੱਲਾਹ, ਹਜ਼ੂਰ ਦੇ ਮੰਗਤਿਆਂ ਨੂੰ ਵਿਲਾਇਤ ਮਿਲੀ। ਬਛੜਾ ਆਦਮ ਅਲੈਹਿਸ ਸਲਾਮ ਫਰਮਾਇਆ, ਜਦੋਂ ਨਾਂ ਲਵੇ ਨਾ ਅੱਲਾਹ ਕਰੀਮ ਦਾ ਜ਼ਿਕਰ ਕਰੇ, ਹਜ਼ੂਰ ਨੂੰ ਜ਼ਰੂਰ ਯਾਦ ਕਰੇ। ਸੁਭਾਨ ਹਜ਼ਰਤ ਜੀ, ਵਜ੍ਹਾ ਫਰਮਾਇਆ, ਵਜ੍ਹਾ ਇਹ ਵੀ, ਜਦੋਂ ਰੱਬ ਨੇ ਮੇਰੇ ਜਿਸਮ 'ਚ ਰੂਹ ਮੁਬਾਰਕ ਪਾਈ, ਫੈਜ਼ਾ ਨਫਖ, ਕੁਰਾਨ ਸ਼ਰੀਫ, ਫੈਜ਼ਾ ਸਵੈਤੁਹੂ ونفخت فيه من روحي فقعوا له ساجدين. سبحان الله سبحان الله سبحان الله سبحان الله. اللہ کریم نے فرمایا فرشتیو فائدہ سب وی تو ہوں، جدو میں آدم دا جسم شریف ٹھیک ٹھاک کر کے بنا لوں، سنوار کے، کاریگر تکڑا ہوئے نا جی، وہ ایویں ہی شے بناوے تے چنگی بناؤں گا، ਤੇ ਜੇ ਪੂਰਾ ਟਿੱਲ ਮਾਰ ਕੇ ਬਣਾਵੇ ਫਿਰ ਉਹਦੇ 'ਚ ਕਿੱਥੋਂ ਆਇਆ ਰਹਿ ਜਾਣਾ ਜੀ। ਤੇ ਅੱਲਾਹ ਨੇ ਫਰਮਾਇਆ ਸਵੈ ਤੋ ਹੂ, ਜਦੋਂ ਮੈਂ ਆਦਮ ਦੇ ਜਿਸਮ ਨੂੰ ਆਪਣੀ ਕੁਦਰਤ ਦੇ ਪੂਰੇ ਜ਼ੋਰ ਨਾਲ ਬਣਾਵਾਂ। ਉਹ ਆਮ ਤੌਰ ਤੇ ਬਣਾ ਦੇ ਤੇ ਐਬ ਨਹੀਂ ਰਹਿਣ ਦਿੰਦਾ, ਤੇ ਜਿਹੜੇ ਆਦਮ ਨੂੰ ਰੱਬ ਨੇ ਪੂਰੇ ਫਨੇ ਕੁਦਰਤ ਨਾਲ ਬਣਾਇਆ, ਸੋ ਰੱਬ ਦੀ ਆਦਮ ਵਿੱਚ ਕੋਈ ਐਬ ਹੈ ਹੀ ਨਹੀਂ। ਸੁਭਾਨ ਅੱਲਾਹ, ਐਬ ਹੈ ਹੀ ਨਹੀਂ। ਫਰਮਾਇਆ ਜਦੋਂ ਮੈਂ ਠੀਕ ਠਾਕ ਬਣਾ ਲਵਾਂ, ਖੜੇ ਰਹੋ ਫਰਿਸ਼ਤੇ, ਖੜੇ ਰਹੋ, ਉਹਨਾਂ ਦੇ ਸਾਹਮਣੇ ਬਣਾਇਆ, ਮੁਸ਼ਾਹਦਾ ਕਰਾਇਆ, ਫਿਰ ਵਨਫਖ ਤੋ ਫੀਹੇ ਮਿਰ ਰੂਹੀ, ਇੱਥੇ ਆ ਕੇ ਥੁੜਕਣ ਵਾਲੇ ਥੁੜਕ ਗਏ, ਮਣਕਾ ਭੱਜ ਗਿਆ, ਉੱਠਣ ਜੋਗੇ ਨਹੀਂ ਰਹੇ। ਦੱਸਾਂ ਜੀ ਜੀ, ਸੁਭਾਨ ਅੱਲਾਹ, ਹੌਸਲਾ ਹੈ ਨੇ ਤੇ ਨਿੱਕੂ ਪੀਰ ਹੁਣ ਚਾਵਲਾਂ ਵੱਲ ਲਾਈ ਖੱਡਾ ਤੁਹਾਡਾ ਜ਼ੋਰ, ਤੇ ਜੇ ਹੂੰ ਪਾਸੇ ਵੇਖਣਾ ਤੇ ਮੈਂ ਚੁੱਪ ਕਰ ਜਾਂਦਾ, ਤੇ ਐਡੀ ਜੋ ਸੌਖੇ ਮੈਂ ਤੁਹਾਨੂੰ ਚਾਵਲ ਖਾਵਣ ਨਹੀਂ ਦਿੰਦਾ, ਇਹ ਪੱਕੀ ਗੱਲ ਹੈ। ਮੈਂ ਟੁਕੜਾ ਖਾ ਕੇ ਗੌਸ ਦਾ ਲੰਗਰ ਤੇ ਤੁਹਾਨੂੰ ਇੱਥੇ ਬੰਨ ਕੇ ਬਲੇ ਸਾਂ ਛੱਡ ਸਾਂ, ਉਦੋਂ ਜਦੋਂ ਚੰਗੀ ਭੁੱਖ ਲੱਗ ਜਾਏ। ਅਤੇ ਹੋਰ ਘਣਾ ਕਰਦੇ ਤੱਕ ਗਿਆ ਵੀ ਅੱਲਾ ਮੌਲਵੀ ਕਿੱਥੋਂ ਆ ਗਿਆ, ਸਾਰੀ ਟੁੱਕਰ ਹੀ ਨਹੀਂ ਖਾਵਾਂ, ਤੇ ਤੈਨੂੰ ਅੰਮਾ ਅੱਲਾ ਉਹਦੀ ਇੱਜ਼ਤ ਸਲਾਮਤ ਰੱਖੀ ਬਚੜਾ, ਤੈਨੂੰ ਮੌਲਵੀ ਨੇ ਟੁੱਕਰ ਕਿਉਂ ਨਹੀਂ ਖਾਣ ਦਿੱਤਾ, ਅਖਿਓ ਸਾਨੂੰ ਹਜ਼ੂਰ ਦਾ ਜ਼ਿਕਰ ਸੁਣਾਈ ਜਾਂਦਾ। ਤੇ ਮੁੜ ਵੇਖੀ ਮਾਂ ਤੇਰੇ ਸਿਰ ਤੇ ਪਿਆਰ ਕਿਵੇਂ ਦਿੰਦੀ, ਉਹ ਬਚੜਾ ਟੁੱਕਰ ਰਹਿਣ ਦੇਵੇ ਆ, ਮੁਹੰਮਦ ਅਰਬੀ ਦਾ ਨਾਂ ਸੁਣਦਾ ਰਹੇ। ਹੁਣ ਇਹਦਾ ਤਰਜਮਾ ਲੋਕਾਂ ਕੀਤਾ ਹੈ, ਲੋਕਾਂ ਨੂੰ ਸਮਝੋ, ਇਸ਼ਾਰਾ ਤਾਂ ਠੀਕ ਨਹੀਂ, ਮੇਰੇ ਕੋਲ ਟਾਈਮ ਕੋਈ ਨਹੀਂ, ਮੈਂ ਹੁਣ ਗੈਰਾਂ ਦਾ ਕਿਉਂ ਨਾ ਲਵਾਂ, ਪਰ ਸਾਡੀ ਨਾ ਗੈਰਾਂ ਦਾ ਕਿਉਂ। ਤੁਸੀਂ ਮਾਸ਼ਾਅੱਲਾ ਸਿਆਣੇ ਹੋ, ਇਹ ਗੱਲਾਂ ਛੇਤੀ ਸਮਝ ਲੈਂਦੀਆਂ, ਜਲਸਾ ਪਿੱਪਲੀ ਦਾ ਹੋਵੇ ਨਾ ਤੇ ਨੂਨ ਲੀਗ ਵਾਲਿਆਂ ਦਾ ਨਾਂ ਕੋਈ ਨਹੀਂ ਲੈਂਦਾ, ਤੇ ਨੂਨ ਲੀਗੀ ਦਾ ਉਹਦਾ ਪਿੱਪਲੀਆਂ ਦਾ ਨਾਂ ਕੋਈ ਨਹੀਂ ਲੈਂਦਾ, ਤੇ ਮੈਨੂੰ ਪਰਾਏ ਟੱਬਰ ਦਾ ਨਾਂ ਲੈਣ ਦੀ ਕਿਹੜੀ ਲੋੜ ਹੈ, ਮੈਂ ਤਾਂ ਮੁਹੰਮਦ ਅਰਬੀ ਦਾ ਨੌਕਰ ਹਾਂ, ਮੈਂ ਤਾਂ ਗੌਸ ਦੇ ਮੰਗਤਿਆਂ ਦਾ ਨਾਂ ਹੀ ਲੈਣਾ। ਸੁਭਾਨ ਜੀ, ਤਰਜਮਾ ਕਰਦੇ ਰੋਂਦੇ, ਤਰਜਮੇ ਤੁਹਾਨੂੰ ਕਹਿ ਆਖਿਆ ਤਰਜਮਾ ਕਰ, ਉਹ ਨਹੀਂ ਜਿਉਂਦਾ, ਪਾਸੇ ਹੋ ਮਾਰ, ਸੁੰਨੀਆਂ ਨੂੰ ਸਮਝਾਉਣ ਵਾਲੇ ਪੀਰ ਹੋਰ ਬੜੇ, ਆਪਣੀ ਰੂਹ ਪਾ ਦਿਆ। ਤਰਜਮਾ ਕਰਨ ਅਸੀਂ ਕਹਿੰਦੇ ਸੀ ਹਜ਼ੂਰ ਅੱਲਾ ਦੇ ਨੂਰ ਵਿੱਚੋਂ ਹੈ, ਇਹ ਕਹਿੰਦੇ ਲਓ ਜੀ ਇਹ ਸੁਣੀਆਂ ਕੀ ਬਣਾ ਲਿਆ, ਅੱਲਾ ਦੇ ਨੂਰ ਵਿੱਚੋਂ ਰੱਬ ਦਾ ਨੂਰ ਤਾਂ ਘੱਟ ਗਿਆ, ਅੱਲਾ ਦੇ ਨੂਰ ਚੋਂ ਜਿਹੜੇ ਇਹ ਨਬੀ ਦਾ ਨੂਰ, ਅੱਲਾ ਦੇ ਨੂਰ ਤਾਂ ਰੱਬ ਦਾ ਨੂਰ ਤਾਂ ਘੱਟ ਗਿਆ, ਇੱਥੇ ਰੱਬ ਮਾਰਿਆ ਇਹਨੂੰ, ਐਂ ਮਰੋ। ਹੁਣ ਕੀ ਤਰਜਮਾ ਕਰਦਾ, ਜੇ ਮਨ ਫਖਤ ਫੀ ਹੈ ਮੇਰੀ ਰੂਹੀ, ਜਦੋਂ ਮੈਂ ਉਹਦੇ 'ਚ ਆਪਣੀ ਰੂਹ ਪਾ ਦਿਆ, ਮਰੇ ਜੇ ਨੂਰ 'ਚੋਂ ਮਹਬੂਬ ਆਵੇ ਤਾਂ ਉਹਦਾ ਨੂਰ ਘਟਾਈ ਬੈਠਾ ਹੈ, ਅਤੇ ਜੇ ਉਹਨੇ ਰੂਹ ਆਦਮ 'ਚ ਆਪਣੀ ਪਾਈ ਤਾਂ ਮੁੜ ਰੱਬ ਦੀ ਰੂਹ ਗਈ, ਉਹ ਫੜਕੇ ਰੱਬ ਰੂਹ ਤੋਂ ਪਾ ਕੇ ਫੜਕੇ, ਇਨਸ਼ਾਅੱਲਾ ਇੱਕ ਨਾ ਰਹੋ। ਸੁਭਾਨ ਅੱਲਾ, ਰੂਹ ਤੋਂ ਪਾ ਕੇ, ਲੈਸਾ ਬਿਰੂਹਿਨ ਹੋਵਾ ਖਾਲਿਕੁਰ ਰੂਹੇ ਅਰ ਰੂਹੋ ਮਿਨ ਅਮਰਹੀ, ਰੂਹ ਉਹਦੇ ਅਮਰ ਵਿੱਚੋਂ ਹੈ, ਉਹ ਖਾਲਕ ਹੈ, ਰੂਹ ਹੈ, ਰੂਹ ਨਹੀਂ। ਵਾਹ ਵਾਹ ਵਾਹ, ਸੁਭਾਨ ਅੱਲਾ, ਅੱਲਾ ਰੂਹ ਨਹੀਂ, ਰੂਹ ਤੋਂ ਪਾ ਕੇ ਖਾਲਕ ਹੈ, ਰੂਹ ਹੈ, ਉਹਨੇ ਰੂਹ ਨੂੰ ਪੈਦਾ ਕੀਤਾ, ਕੁਲ ਰੂਹੋ ਮਿਨ ਅਮਰ ਰੱਬੀ। ਸੁਭਾਨ ਅੱਲਾ, ਤੇ ਫਿਰ ਕੀ ਤਰਜਮਾ ਕੀਨਾ ਹੈ,
ਪਰਾਂ ਦਫਾਓ, ਇਹ ਤਰਜਮਾ ਕਰੇਗਾ ਹਾਜੀ ਸ਼ੇਰ ਦਾ ਲੰਗਰ ਖਾਣ ਵਾਲਾ। ਸੁਭਾਨ ਅੱਲਾਹ। ਇਹ ਤਰਜਮਾ ਕਰੇਗਾ ਅਹਿਮਦ ਰਜ਼ਾ ਬਰੇਲਵੀ ਜਿਹਨੇ ਗੌਸ ਦਾ ਲੰਗਰ ਖਾਧਾ ਹੈ। ਸੁਭਾਨ ਅੱਲਾਹ। ਤਰਜਮਾ ਹੈ ਨਫਖਤੁ ਫੀਹਿ ਮਿਨ ਰੂਹੀ, ਔਰ ਜਬ ਮੈਂ ਆਦਮ ਮੇਂ ਆਪਣੀ ਤਰਫ ਸੇ ਰੂਹ ਡਾਲ ਦੂੰ। ਸੁਭਾਨ ਅੱਲਾਹ। ਆਪਣੀ ਤਰਫ ਸੇ ਰੂਹ ਡਾਲ ਦੂੰ। ਕਿਆ ਬਾਤ ਹੈ। ਹਾਂਜੀ, ਆਪਣੀ ਤਰਫ ਸੇ ਰੂਹ ਡਾਲ ਦੂੰ, ਔਰ ਆਪਣੀ ਤਰਫ ਸੇ ਰੂਹ ਕਿਆ ਹੈ? ਹੁਵਾ ਨੂਰ ਮੁਹੰਮਦ। ਸੁਭਾਨ ਅੱਲਾਹ। ਸੁਭਾਨ ਅੱਲਾਹ। ਫਰਿਸ਼ਤਿਓ, ਆਦਮ ਦਾ ਜਿਸਮ ਬਣ ਗਿਆ ਨੇ, ਕੋਠਾ ਪਾਕ ਬਣ ਗਿਆ, ਕਸਰ ਬਣ ਗਿਆ, ਮਹੱਲ ਬਣ ਗਿਆ, ਠਾਂਦਾ ਨਹੀਂ ਕਹਿੰਦਾ ਲਾਈਟਿੰਗ ਨਾ ਹੋਵੇ। ਜਦੋਂ ਤੱਕ ਰੋਸ਼ਨੀ ਨਾ ਹੋਵੇ ਉਦੋਂ ਤੱਕ ਕੋਠਾ ਫੱਬਦਾ ਤੇ ਤੁਸੀਂ ਤੁਹਾਨੂੰ ਖਾਧੀ ਪੀਤੀ ਬੈਠੇ ਹੋ, ਤੁਹਾਨੂੰ ਤਾਂ ਮੈਂ ਇਸ ਪਾਸੇ ਲਾਵਾਂ ਵੀ ਤਾਂ ਤੁਸੀਂ ਨਹੀਂ ਲੱਗਦੇ। ਕਹਿੰਦੇ ਮੌਲੀ ਸਾਹਿਬ ਆ, ਸਵੇਰ ਦੀ ਬਿਜਲੀ ਬੰਦ ਹੋਈ ਤਾਂ ਬੰਦ ਛੱਡ ਕੇ ਅਸੀਂ ਤਾਂ ਮੋੜੀ ਵਾਸਤੇ ਪਏ ਤੇ ਤੁਹਾਡੇ ਹੌਸਲੇ ਦੇ ਸਦਕੇ ਜਾਂ ਜਿਹੜੇ ਹਾਲੇ ਤੁਸੀਂ ਪਾਕਿਸਤਾਨ 'ਚ ਬੈਠੇ ਹੋ, ਤੁਹਾਨੂੰ ਭਜਾਉਣ ਦੀਆਂ ਸਾਜ਼ਿਸ਼ਾਂ ਤਾਂ ਬਹੁਤ ਹੋ ਗਈਆਂ। ਬਈ ਸ਼ਾਬਾਸ਼, ਇਹ ਵਲੀਆਂ ਬਣਾਇਆ, ਆਪਾਂ ਇੱਥੋਂ ਭਜਾਉਣ ਵਾਲਿਆਂ ਨੂੰ ਭਜਾਉਣਾ, ਅਸੀਂ ਇਸ ਪਾਕਿਸਤਾਨ ਦੇ ਵਿੱਚ ਰਹਿਣਾ। ਸੁਭਾਨ ਅੱਲਾਹ। ਹਾਂਜੀ, ਪਾਕਿਸਤਾਨ ਦੇ ਦੁਸ਼ਮਣਾਂ ਨੇ ਪਾਕਿਸਤਾਨ ਬਰਬਾਦ ਕਰਨ ਦੀ ਕਸਰ ਨਹੀਂ ਛੱਡੀ, ਖੁਦਾ ਇਹਨਾਂ ਨੂੰ ਬਰਬਾਦ ਕਰੇ। ਓਏ ਤੇਰੇ ਅਗਰ ਬਾਪ ਨੇ ਦੀ ਕਰੰਟ ਨਹੀਂ ਵੀ ਚੱਲਦੀ, ਜਹੰਮ ਨੂੰ ਜਾ। ਮੁਸਤਫਾ ਦੇ ਪਿਆਰ ਦੀ ਕਰੰਟ ਸਾਡੇ ਦਿਲਾਂ 'ਚ ਬੈਠੀ। ਸੁਭਾਨ ਅੱਲਾਹ। ਬੇਸ਼ੱਕ ਫਰਮਾਇਆ ਵਾ ਨਫਖਤੁ ਫੀਹਿ ਮਿਨ ਰੂਹੀ, ਜਦੋਂ ਮੈਂ ਆਪਣੇ ਵੱਲੋਂ ਰੂਹ ਪਾ ਦਿਆਂ, ਉਹ ਕੀ ਹੈ? ਸਰਕਾਰ ਦਾ ਨੂਰ। ਸੁਭਾਨ ਅੱਲਾਹ। ਤੇ ਫਰਮਾਇਆ ਜਦੋਂ ਮੈਂ ਨੂਰ ਪਾ ਦਿਆਂ ਨਾ, ਫਕਾਊ ਲਹੂ ਸਾਜਿਦੀ, ਮੁੜ ਖੜੋਤੇ ਨਹੀਂ ਰਹਿਣਾ, ਉਹ ਸਾਰੇ ਸਜਦੇ ਚ ਆਏ ਹੈ। ਸੁਭਾਨ ਅੱਲਾਹ। ਪੜ੍ਹੇ ਲਿਖੇ ਹਜ਼ਰਾਤ ਵੀ ਵਿੱਚ ਬੈਠੇ ਨੇ, ਉਲਮਾ ਵੀ, ਇਸਮਾਈਲ ਹੱਕੀ ਲਿਖਦਾ ਹੈ, ਅਲਾਮਾ ਮਹਿਮੂਦ ਤਲੂਸੀ ਬਗਦਾਦੀ ਲਿਖਦਾ ਹੈ, ਫਖਰੁਦੀਨ ਰਾਜੀ ਲਿਖਦਾ ਹੈ, ਅਜੀਜ਼ਾਨ ਗ੍ਰਾਮੀ ਕਦਰ ਜਲਾਲਉਦੀਨ ਸਯੂਤੀ ਲਿਖਦਾ ਹੈ, ਹਜ਼ਰਤ ਸਰਕਾਰੇ ਜਨਾਬ ਯੂਸਨ ਬਹਾਨੀ ਲਿਖਦਾ ਹੈ, ਸ਼ੇਖ ਅਬਦੁੱਲਾ ਕਾ ਮੁਹੱਦਿਸ ਦੇਰ ਵੀ ਲਿਖਦਾ ਹੈ। ਇੰਨੇ ਸਹਿ ਕੇ ਹੋਰ ਵੀ ਨਾ ਲਵਾਂ। ਵਾਹ ਵਾਹ। ਉਹ ਮੈਂ ਗਣੇ ਸਾਰੇ ਕਰੀਮਾਂ ਦਾ ਮੰਗਤਾ ਹਾਂ। ਸੁਭਾਨ ਅੱਲਾਹ। ਮੈਂ ਕਦੇ ਕੋਲੋਂ ਨਹੀਂ ਮੰਗਾ, ਮੇਰੇ ਕਰੀਮ ਬੜੇ ਨਹੀਂ। ਹਾਂਜੀ, ਜਿਹੜਾ ਗੌਸ ਪਾਕ ਦਾ ਮੰਗਤਾ ਵਾ, ਪਰ ਦੁਨੀਆਂ ਦੇ ਸਾਰੇ ਵਾਲੀ ਉਸੇ ਦੇ ਕਰੀਮ ਹੁੰਦੇ ਨੇ। ਕੀ ਫਰਮਾਉਂਦੇ ਨੇ? ਫਰਮਾਉਂਦੇ ਨੇ ਆਦਮ ਅਲੈ ਸਲਾਮ ਦੇ ਜਿਸਮ ਨੂੰ ਬਣਾਇਆ, ਸਜਦਾ ਨਹੀਂ ਕਰਾਇਆ, ਗੋਇਆ ਫਰਮਾਇਆ ਮੈਨੂੰ ਵਿੱਚ ਚਿਰਾਗ ਬਾਲ ਲੈਣ ਦਿਓ, ਤੇ ਜਦੋਂ ਚਿਰਾਗ ਬਾਲਾਂ ਤੇ ਆਦਮ ਦਾ ਜਿਸਮ ਸੋਹਣਾ ਪਿਆ ਲੱਗੇ, ਮੁੜ ਸਜਦੇ 'ਚ ਪੈ ਜਾਓ। ਆਦਮ ਦਾ ਜਿਸਮ ਨਹੀਂ ਫੱਬਿਆ ਜਦ ਤੱਕ ਮੁਸਤਫਾ ਦਾ ਨੂਰ ਜਿਸਮ 'ਚ ਨਹੀਂ ਆਇਆ। ਉਹ ਸਾਡੇ ਬਾਬੇ ਦਾ ਤਾਂ ਵਿਹੜਾ ਹੀ ਸਾਈਆਂ ਦੇ ਨੂਰ ਨਾਲ ਬਸਦਾ, ਸਾਡਾ ਕਿਵੇਂ ਦਾ ਬਸੇ? ਸੁਭਾਨ ਅੱਲਾਹ। ਹਜ਼ੂਰ ਆਦਮ ਅਲੈ ਸਲਾਮ ਨੇ ਫਰਮਾਇਆ, ਪੁੱਤਰਾ ਮੈਂ ਜਦੋਂ ਅੱਖੀਆਂ ਖੋਲੀਆਂ ਨਾ, ਅਸੀਂ ਕਰਤੇ ਵੇਖਿਆ ਤੇ ਖੁਦਾ ਦੇ ਅਰਸ਼ ਉੱਤੇ ਇਸ ਮੁਸਤਫਾ ਦਾ ਨਾਂ ਲਿਖਿਆ, ਹਾਲੇ ਦੁਨੀਆਂ 'ਚ ਆਏ ਨਹੀਂ ਨਾ ਪਹਿਲੇ, ਦੁਨੀਆਂ 'ਚ ਆਏ ਨਹੀਂ ਨਾ। ਮੈਂ ਪੱਕੀ 'ਤੇ ਲੱਗਾ ਤੇ ਸਾਹਮਣੇ ਬੈਨ ਲੱਗਿਆ ਨਿੱਕੂ ਪੀਰ ਦਾ ਨਾਂ ਲਿਖਿਆ, ਅਤੇ ਹੱਕ ਵੀ ਬਣਦਾ ਜੋ ਮਿਹਨਤ ਸੀ ਉਸੇ ਦੀ, ਉਸਦੇ ਬਛੜੇ ਦੀ ਹੈ। ਅੱਲਾ ਹਾਲਾਤ ਵਿੱਚ ਕੀ ਬਰਕਤ ਫਰਮਾਏ, ਆਮੀਨ ਕਹਿ ਛੱਡੋ, ਪੱਲਿਓ ਤਾਂ ਕੁਝ ਨਹੀਂ ਜਾਂਦਾ। ਅੱਲਾ ਇਹਨਾਂ ਦੇ ਹਾਲਾਤ ਵਿੱਚ ਕੀਤੇ ਇੱਜ਼ਤ ਵਿੱਚ, ਈਮਾਨ ਵਿੱਚ ਅਤੇ ਸੁਨੀਯਤ ਵਿੱਚ ਬਰਕਤ ਫਰਮਾਏ। ਇਹ ਤਾਂ ਦਿਲੀ ਦਿਲੋਂ ਕਰ ਸਕਦੇ ਉਹਨਾਂ ਦੁਆ, ਅੱਲਾ ਤਾਲਾ ਰਹਿਮਤ ਕਰੇ। ਅਤੇ ਉਹਨਾਂ ਜਨਾਬ ਪਹਿਲੋਂ ਲਾ ਖੜਾ ਹੈ, ਨਿੱਕੂ ਪੀਰ ਦਾ ਨਾਂ ਲਿਖਿਆ ਖੜਾ, ਅਤੇ ਹੁਣ ਇੱਕ ਮਹਿਮਾਨ ਆ ਕੇ ਆਖੇ ਅਯਮ ਮੰਗ, ਕੋਈ ਵੀ ਹੋਵੇ, ਮੈਂ ਤਾਂ ਮੀਆਂ ਤੇਰੀ ਦਾਵਤ 'ਤੇ ਤਾਊ ਸਾਂ, ਜੇ ਬਰਾਬਰ 'ਤੇ ਆਪਣੇ ਇਸ ਬੈਨਰ 'ਤੇ ਮੇਰਾ ਹੀ ਨਾਂ ਲਿਖਿਆ, ਕਹਿ ਭਰਾ ਜਾ ਮੌਤ ਵਰ, ਮਿਹਨਤ ਮੇਰੀ, ਕਮਾਈ ਮੇਰੀ, ਮੇਰੇ ਬਛੜੇ ਦੀ, ਹਾਂਜੀ, ਅਤੇ ਮੌਤ ਵਰ ਨਾਂ ਲਿਖਾਈਂਦਾ ਵਾ, ਚੌਲਾਂ ਦੀ ਥਾਲੀ ਖਾਣੀ ਸੀ ਤਾਂ ਬਹਿ ਚੱਲ ਬਿਸਮਿਲ੍ਲਾਹ, ਅਤੇ ਜੇ ਨਾਂ ਲਿਖਾਉਣੇ ਵਗ ਜਾ ਇੱਥੋਂ, ਹੈ ਜਾਂ ਨਹੀਂ? ਹਾਂਜੀ। ਇਵੇਂ ਨਹੀਂ, ਅਰਸ਼ ਬਣਾਵਣ ਵਾਲੇ ਨੇ ਆਪਣਾ ਕੱਲਾ ਨਹੀਂ ਨਾਂ ਲਿਖਿਆ, ਨਾਲ ਤੇਰੇ ਮੇਰੇ ਮਹਿਬੂਬ ਦਾ ਨਾਂ ਲਿਖਿਆ। ਬੇਨੇ ਆਦਾ ਤੂੰ ਆਦਾ ਨਾਂ ਲਿਖੀਆਂ ਤਾਂ ਤੂੰ ਬਣਾਇਆ ਇਸਨੂੰ, ਐ ਕਾਹਨੂੰ ਲਿਖ ਦਿੱਤਾ ਈ, ਐ ਕਿਉਂ ਲਿਖਿਆ ਈ? ਫਰਮਾਇਆ ਇਹ ਮੇਰਾ ਸ਼ਰੀਕ ਨਹੀਂ, ਇਹ ਮੇਰਾ ਹਬੀਬ ਏ। ਸੁਭਾਨ ਅੱਲਾਹ। ਵਾਹ ਵਾਹ ਵਾਹ। ਹਜ਼ਰਤ ਜੀ, ਇੱਕ ਕੋਠੇ ਵਿੱਚ, ਇੱਕ ਕੋਠੀ ਵਿੱਚ ਤਿੰਨ ਬਿਰਾ ਰਹਿੰਦੇ ਨੇ, ਤਿੰਨਾਂ ਦੇ ਨਾਮ ਮੈਂ ਵੇਖੇ ਨੇ ਲਿਖੇ, ਫਲਾਂ ਫਲਾਂ ਫਲਾਂ। ਕਿਉਂ? ਉਸ ਬਿਲਡਿੰਗ ਵਿੱਚ ਤਿੰਨ ਸ਼ਰੀਕ ਹਨ, ਇਵੇਂ ਨਹੀਂ? ਅੱਲਾਹ ਮੁਹੰਮਦ, ਸੁਭਾਨ, ਲਾ ਇਲਾਹ ਇਲੱਲਾਹ ਮੁਹੰਮਦੁਰ ਰਸੂਲੁਲਲਾਹ, ਸੁਭਾਨ, ਲਾ ਇਲਾਹ ਇਲੱਲਾਹ ਮੁਹੰਮਦੁਰ ਰਸੂਲੁਲਲਾਹ, ਲਾ ਇਲਾਹ। ਮੈਂ ਆਪਣੇ ਜ਼ੌਕ ਦੀ ਗੱਲ ਪਿਆ ਕਰਨਾ, ਤੁਹਾਨੂੰ ਸੋਹਣਾ ਹੀ ਪਿਆ ਲੱਗਦਾ ਹੈ ਕਿ ਲਾ ਇਲਾਹ ਇਲੱਲਾਹ ਅੱਗੇ
محمد رسول. تے میں کہڑا ایویں آکھ ممی دے حکم اللہ محمد اللہ محمد اللہ محمد اے فرش تے او عرش اللہ محمد بناون والا او تے بساون والا محمد. کیا بات سبحان اللہ. خدا دی سو نہیں سی بس دی کائنات رب نے وسائی مصطفیٰ کریم نو بھیج کے سبحان اللہ اے چانن لگے تے روشنیاں لگیاں محمد عربی دا صدقہ. کیا بات. پر میں پترا میں رب دے عرش تے رب دے نام دے نال اے نام لکھا ویکھیا ہی مینوں ادوکنا پتا چل گیا بھائی اینوں راضی کرنا تے اینوں بھی کرے گا تاں راضی ہو سکے. واہ واہ. اللہ تعالی اس محفل نو قبول فرمائے. آمین. اہل محبت دی حاضری قبول فرمائے. فقیر نے چند گلاں ذوق نال کہہ لیاں نے سبحان اللہ. اللہ قبول فرمائے تہاڈی میری نجات دا ذریعہ ہوے. آمین. پھر دعا کرنے اللہ رزق حلال دی برکت فرمائے. آمین. آمین. آخر دعوانا الحمدللہ رب العالمین مصطفی.